Channel Y, Channel Y, a South Asian Canadian channel. Hi, this is Priyanka Chopra and you're watching Channel Y. The biggest South Asian media group, Y Media. Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का नंबर वन रेडियो स्टेशन FM 91.9 दोपहर 12 से शाम 6 बजे तक टेलीविजन यू आर वॉचिंग चैनल Y चैनल Y प्राइम मिनिस्टर वेलकम इट्स अ प्लेजर टू बी बैक ऑनलाइन southasiandaily.com द बिगेस्ट साउथ एशियन मीडिया ग्रुप Y मीडिया This part of the program is brought to you by Midweek Newspaper, published every Tuesday. वाई मीडिया ग्रुप वालों तुहाडे सारयां दा चैनल वाई दे उत्ते बहुत बहुत स्वागत है बतौर ग्रुप एडिटर वाई मीडिया मैं युद्धवीर जसवाल तुहाडी खिदमत विच हाजिर हाँ अज्ज इस प्रोग्राम दे विच जिथे असीं गलबात करांगे पांच स्टेट्स दे विच इलैक्शनस की गलबात बड़े ही जोरां दे उत्ते इस समय चल रही हैगी है और खासकर सारयां दी निगाहां पंजाब दे उत्ते लगियां है इस दरम्यान असीं जानदे हैगे कि बॉलीवुड सुपरस्टार फिलंथ्रोपिस्ट और प्रोड्यूसर एज वैल सोनू सूद जी जिन्होंने ना सिर्फ फिल्मों के बड़ा नाम कमाया बल्कि उस तो अलावा जो उन्होंने कोविड के कारगुजारी की है दुनिया भर के तारीफ की गई है लेकिन हूँ शायद वो सियासत का रुख कर रहे हैं उन्होंने गलबात करते हैं सोनू जी तुहाडा वाई मीडिया ग्रुप वालों चैनल वाई दे बहुत बहुत स्वागत है सर थैंक यू सर थैंक यू वेरी मच फॉर योर टाइम सर सब तो पहला गलबात करते हैं जिथे बहुत वधिया ਤੁਸੀਂ ਕਮਿਊਨਿਟੀ ਕਾਜ਼ ਲਈ ਅੱਗੇ ਵਧੇ ਖਾਸ ਕਰ ਕੋਵਿਡ ਦੇ ਦਰਮਿਆਨ ਹੁਣ ਤੁਸੀਂ ਸਿਆਸਤ ਵੱਲ ਰੁਕ ਕਰ ਰਹੇ ਹੋ ਇਹਦਾ ਕੀ ਕਾਰਨ ਹੈ ਭਾਜੀ ਐਸੇ ਨਹੀਂ ਮੈਂ ਸਿਆਸਤ ਵੱਲ ਰੁਕ ਨਹੀਂ ਕਰ ਰਿਹਾ ਮੈਨੂੰ ਲੱਗਦਾ ਜਦੋਂ ਤੁਸੀਂ ਕੰਮ ਕੁਛ ਚੰਗੇ ਕਰਨ ਲੱਗਦੇ ਹੋ ਤਾਂ ਸਿਆਸਤ ਤੁਹਾਡੇ ਵੱਲ ਰੁਕ ਕਰ ਲੈਂਦੀ ਹੈ ਤੇ ਆਈ ਥਿੰਕ ਮੈਂ ਸ਼ਾਇਦ ਉਹ ਐਕਸਪੀਰੀਅੰਸ ਕੀਤਾ ਮੈਂ ਹੁਣ ਵੀ ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਆਪਾਂ 10-15 ਮਿੰਟ ਪਹਿਲਾਂ ਸ਼ੁਰੂ ਕਰਨ ਵਾਲੇ ਸੀ ਪਰ ਮੈਂ ਇਸ ਲਈ 10-15 ਮਿੰਟ ਕੀਤਾ ਕਿਉਂਕਿ ਇੰਨੇ ਲੋਕੀ ਆਏ ਨੇ ਬੇਸ਼ੁਮਾਰ ਲੋਕੀ ਸਾਰੀਆਂ ਸਟੇਟਸ ਤੋਂ ਘਰੇ ਪਹੁੰਚਦੇ ਨੇ ਸਵੇਰੇ 7:30 ਤੋਂ ਸ਼ੁਰੂ ਹੋ ਕੇ ਸਾਰਾ ਦਿਨ ਕੁਛ ਨਾ ਕੁਛ ਚੱਲਦਾ ਰਹਿੰਦਾ ਸੇ ਜਦੋਂ ਹੁਣ ਜਦੋਂ ਸਿਆਸਤ ਦਾ ਸਮੇਂ ਆਇਆ ਇਲੈਕਸ਼ਨ ਦੇ ਵਿੱਚ ਤਾਂ ਉਦੋਂ ਲੋਕੀ ਆਉਂਦੇ ਜ਼ਰੂਰ ਨੇ ਔਰ ਲੋਕੀ ਇਹ ਕਹਿੰਦੇ ਨੇ ਕਿ ਜਿਸ ਲੈਵਲ ਦਾ ਤੁਸੀਂ ਕੰਮ ਕਰ ਰਹੇ ਹੋ ਜੇ ਸਿਆਸਤ ਦਾ ਉਹ ਵੱਡੇ ਲੈਵਲ ਦਾ ਕਰ ਸਕਦੇ ਤੁਸੀਂ ਐਕਸਪਲੋਰ ਜ਼ਰੂਰ ਕਰਨਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਕੀ ਕੰਮ ਹੁੰਦਾ ਬਟ ਆਈ ਥਿੰਕ ਹਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ ਕਿ ਮੈਂਟਲੀ ਇੰਨਾ ਵੱਡਾ ਸਟੈਪ ਲਿੱਤਾ ਜਾਏ ਬਟ ਸਾਰਿਆਂ ਨੂੰ ਪਤਾ ਹੀ ਮੇਰੀ ਸਿਸਟਰ ਮਾਲਵਿਕਾ ਸੂਦ ਜਿਹੜੀ ਮੋਗੇ ਰਹਿੰਦੀ ਨੇ ਆਲਰੇਡੀ ਬਹੁਤ ਸਾਰਾ ਕੰਮ ਕਰਦੀ ਹੈ ਉਹ ਡੈਫੀਨੇਟਲੀ ਇਸ ਵਾਰ ਕੋਸ਼ਿਸ਼ ਕਰੂਗੀ ਕਿ ਇਹਨੂੰ ਵੱਡੇ ਸਤਰ ਤੇ ਲੈ ਕੇ ਜਾਇਆ ਜਾਏ ਔਰ ਇਹਨਾਂ ਸਿਆਸਤ 'ਚ ਪਹਿਲਾ ਕਦਮ ਰੱਖਿਆ ਜਾਵੇ ਬਟ ਸੋਨੂ ਜੀ ਅਸੀਂ ਜਾਣਨਾ ਚਾਹੁੰਦੇ ਹੈਗੇ ਹਾਂ ਕਿ ਜੇ ਤੁਸੀਂ ਪੋਲੀਟਿਕਸ ਦੇ ਵਿੱਚ ਆਉਣ ਦਾ ਮਨ ਬਣਾ ਰਹੇ ਹੈਗੇ ਹੋ ਤਾਂ ਉਹਦੇ ਵਾਸਤੇ ਇੰਨਾ ਸਮਾਂ ਕਿਉਂ ਲੱਗ ਰਿਹਾ ਹੈਗਾ ਤੁਸੀਂ ਤਾਂ ਜੋ ਕੰਮ ਕੀਤੇ ਨੇ ਚਾਹੇ ਬਾਲੀਵੁੱਡ 'ਚ ਲਗਾ ਲਓ ਜਾਂ ਤੁਸੀਂ ਕੋਵਿਡ ਦੇ ਦਰਮਿਆਨ ਕੀਤਾ ਯੂ ਹੈਡ ਅ ਵੈਰੀ ਕਲੈਰਿਟੀ ਆਫ ਥਾਟ ਇਸ ਵਾਰ ਇੰਨੀ ਡਿਲੇ ਕਿਉਂ ਭਾਈ ਕਿਹਾ ਨਹੀਂ ਜਦੋਂ ਤੁਸੀਂ ਕੰਮ ਚੰਗੇ ਕਰਨ ਲੱਗਦੇ ਹੋ ਤਾਂ ਉਦੋਂ ਤੁਹਾਨੂੰ ਪਤਾ ਕਿ ਤੁਸੀਂ ਕਿਸੇ ਨੂੰ ਪੁੱਛਣਾ ਨਹੀਂ ਤੁਸੀਂ ਮੈਡੀਕਲੀ ਹੈਲਪ ਕਰਨਾ ਚਾਹੁੰਦੇ ਹੋ ਐਜੂਕੇਸ਼ਨ 'ਚ ਹੈਲਪ ਕਰਨਾ ਚਾਹੁੰਦੇ ਹੋ ਤੁਸੀਂ ਅਲੱਗ ਸਟੇਟਸ 'ਚ ਹੈਲਪ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਮੈਨੂੰ ਰਾਸ਼ਨ ਦੀਆਂ ਡਰਾਈਵ ਸਪੇਸ਼ੀ ਹਜ਼ਾਰਾਂ ਲੋਕਾਂ ਨੂੰ ਰੋਜ਼ ਖਾਣਾ ਖਵਾਉਂਦੇ ਹੋ ਤਾਂ ਤੁਸੀਂ ਤੁਹਾਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਤੁਸੀਂ ਸਹੀ ਕਰਦੇ ਹੋ ਗਲਤ ਕਰਦੇ ਹੋ ਤੁਸੀਂ ਲੈ ਲੈਂਦੇ ਹੋ ਪਰ ਜਦੋਂ ਤੁਸੀਂ ਕਿਸੇ ਪਾਰਟੀ ਨਾਲ ਐਸੋਸੀਏਟ ਹੁੰਦੇ ਹੋ ਤੁਸੀਂ ਕਰਦੇ ਹੋ ਤਾਂ ਤੁਹਾਡੀਆਂ ਕਈ ਲਿਮਿਟੇਸ਼ਨ ਬਣ ਜਾਂਦੀ ਹੈ ਕਿਉਂਕਿ ਉਹ ਕਹਿੰਦੇ ਯਾਰ ਤੁਸੀਂ ਆਹ ਨਾ ਕਰੋ ਇੱਦਾਂ ਨਾ ਕਰੋ ਜਦੋਂ ਮੈਂ ਹੈਲਪ ਕਰਨੀ ਸ਼ੁਰੂ ਕੀਤੀ ਲੋਕਾਂ ਦੀ ਮੈਂ ਗੱਡੀਆਂ ਟ੍ਰੇਨਾਂ ਵੀ ਚਲਾਈਆਂ ਬਾਹਰੋਂ ਫਲਾਈਟਾਂ ਵੀ ਮੰਗਾਈਆਂ ਡੋਮੈਸਟਿਕ ਫਲਾਈਟਾਂ ਚਲਾਈਆਂ ਬੱਸਾਂ ਚਲਾਈਆਂ ਹਰ ਚੀਜ਼ ਕਰ ਰਿਹਾ ਸੀ ਸਹੀ ਵੀ ਕਰ ਰਹੇ ਸੀ ਗਲਤ ਵੀ ਹੋ ਰਿਹਾ ਸੀ ਕਈ ਵਾਰ ਸਾਡੇ ਤੋਂ ਨਹੀਂ ਪਰਮਿਸ਼ਨ ਹੁੰਦੀਆਂ ਉੱਦਾਂ ਹੀ ਭੇਜ ਦਿੰਦੇ ਸੀ ਪਰ ਜਦੋਂ ਤੁਸੀਂ ਕਿਸੇ ਪਾਰਟੀ ਨਾਲ ਜੁੜ ਜਾਂਦੇ ਹੋ ਫਿਰ ਤੁਹਾਡੇ ਤੇ ਕੋਈ ਨਾ ਕੋਈ ਆਨਸਰੇਬਲ ਜ਼ਰੂਰ ਹੋ ਜਾਂਦਾ ਕਿ ਯਾਰ ਇਹ ਨਾ ਕਰੋ ਇਹ ਕਿਉਂ ਕਰ ਰਹੇ ਹੋ ਤੇ ਮੈਨੂੰ ਉਹ ਇੱਕ ਵਾਰ ਜ਼ਰੂਰ ਡਰ ਰਹਿੰਦਾ ਕਿ ਜਿਸ ਲੈਵਲ ਦਾ ਮੈਂ ਕੰਮ ਕਰਨਾ ਚਾਹੁੰਦਾ ਕਿਤੇ ਨਾ ਕਿਤੇ ਉਹਦੇ 'ਚ ਰੁਕਾਵਟ ਨਾ ਆਏ ਕਿਸੇ ਨਾ ਕਿਸੇ ਮੈਨੂੰ ਆਨਸਰੇਬਲ ਨਾ ਹੋਣਾ ਪਵੇ ਕਿ ਇਹ ਕੰਮ ਰੁਕ ਜਾਓ ਔਰ ਉਹ ਇੰਨੇ ਵੱਡੇ ਲੈਵਲ ਦਾ ਕੰਮ ਹੋ ਚੁੱਕਿਆ ਸਰ ਦਾ ਕਿ ਉਹ ਰੁਕਣ ਦਾ ਰਿਸਕ ਨਹੀਂ ਮੈਂ ਲੈ ਸਕਦਾ ਤੇ ਇਸ ਲਈ ਥੋੜ੍ਹੀਆਂ ਮਿਲਣਾ ਜ਼ਰੂਰੀ ਹੈ ਉਹਨਾਂ ਨੂੰ ਸਮਝਣਾ ਜ਼ਰੂਰੀ ਹੈ ਕਿ ਤੁਸੀਂ ਇੱਕੋ ਹੀ ਪਲੇਟਫਾਰਮ ਤੇ ਇੱਕੋ ਹੀ ਟੈਂਜੈਂਟ ਇੱਕੋ ਹੀ ਸੋਚ ਦੇ ਵਿੱਚ ਹੋ ਕੇ ਨਹੀਂ ਹੋ I think that is quite understandable je eh toda view point hun clarity ho gayi at least na mere khayal de naal kyunki ek bahut bada sawal siga ke tusi inna sama jehda oh kyun le rahe ho gao aur assi welcome karde han ji je toade warge log siyasat de vich aun aur eh sab to changa tareeka hai not that ke tusi jo pehla kar rahe ho changa tareeka nahi hai eh bhi bahut vadhiya tareeka hai vision ki hai toada
ਪੰਜਾਬ ਦੇ ਵਾਸਤੇ ਕੀ ਵਿਜ਼ਨ ਦੇਖਦੇ ਹੋ, ਕਿਸ ਤਰ੍ਹਾਂ ਤੁਸੀਂ ਪੰਜਾਬ ਦੇ ਵਿੱਚ ਸੁਧਾਰ ਕਰੋਗੇ ਜੇ ਤੁਸੀਂ ਸਿਆਸਤ ਦੇ ਵਿੱਚ ਆਉਂਦੇ ਹੋ ਔਰ ਲੀਡ ਕਰਦੇ ਹੋ ਪੰਜਾਬ ਨੂੰ? ਭਾਜੀ, ਬੜੀ ਪੰਜਾਬ ਦੇ ਵਿੱਚ ਆਪਾਂ ਬਚਪਨ ਤੋਂ ਅਸੀਂ ਸੁਣਦੇ ਆਏ ਹਾਂ ਕਿ ਪੰਜਾਬ ਦੇ ਵਿੱਚ ਇੱਕ ਐਸਾ ਬਦਲਾਵ ਆਊਗਾ ਜਿਹੜਾ ਪੰਜਾਬ ਨੂੰ ਉਹਦਾ ਹੱਕ ਮਿਲੂ। ਮੈਨੂੰ ਲੱਗਦਾ ਕਿਤੇ ਉਹ ਮਿਲਿਆ ਨਹੀਂ ਹਜੇ ਤੱਕ। ਹਜੇ ਵੀ ਪੰਜਾਬ ਦੇ ਵਿੱਚ ਬੇਸ਼ੁਮਾਰ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਬਾਹਰਲੇ ਮੁਲਕਾਂ ਲਈ ਟਰਾਈ ਕਰਦੇ ਰਹਿੰਦੀ ਹੈ। ਕੈਨੇਡਾ 'ਚ, ਅਮੈਰੀਕਾ 'ਚ ਤੁਸੀਂ ਦੇਖਦੇ ਹੋ ਕਿ ਕਿੰਨੇ ਲੋਕ ਬਾਹਰੋਂ ਆਉਂਦੇ ਨੇ। ਉਹ ਮਾਂ ਪਿਓ ਕਰਜ਼ੇ ਲੈ ਕੇ ਆਪਣੀਆਂ ਪੈਲੀਆਂ ਵੇਚ ਕੇ ਫਿਰ ਬੱਚਿਆਂ ਨੂੰ ਬਾਹਰ ਭੇਜਦੇ ਕਿ ਮੇਰਾ ਬੱਚਾ ਜਿਹਨੂੰ ਕੈਨੇਡਾ ਚਲੇ ਗਿਆ ਉੱਥੇ ਜਾ ਕੇ ਕੁਝ ਨਾ ਕਮਾਊਗਾ। ਔਰ ਇੱਥੇ ਵੀ ਦੇਖਿਆ ਕਿ ਹਰ ਬੰਦੇ ਨੂੰ ਉਹ ਡਿਊ ਨਹੀਂ ਮਿਲਦਾ ਕਿ ਉੱਦਾਂ ਦੀ ਨੌਕਰੀ ਨਹੀਂ ਮਿਲਦੀ, ਉੱਦਾਂ ਦਾ ਰਹਿਣ ਸਹਿਣ ਨਹੀਂ ਮਿਲਦਾ, ਉੱਦਾਂ ਦਾ ਖਾਣ ਪੀਣ ਨਹੀਂ ਮਿਲਦਾ। ਲੇਕਿਨ ਮਾਂ ਪਿਓ ਨੇ ਵੇਚ ਕੇ, ਜ਼ਮੀਨਾਂ ਵੇਚ ਕੇ, ਕਰਜ਼ੇ ਲੈ ਕੇ ਭੇਜਿਆ ਅਤੇ ਉਹ ਵਿਚਾਰਾ ਮਿਹਨਤ ਕਰਦਾ ਰਹਿੰਦਾ, ਸਟਰਗਲ ਕਰਦਾ ਰਹਿੰਦਾ। ਬਹੁਤ ਸਾਰੇ ਲੋਕ ਕਾਮਯਾਬ ਵੀ ਹੁੰਦੇ ਆ, ਬਹੁਤ ਸਾਰੇ ਨਹੀਂ ਵੀ ਹੁੰਦੇ, ਪਰ ਉਹ ਮਾਂ ਪਿਓ ਨੂੰ ਕਦੇ ਨਹੀਂ ਦੱਸਦੇ ਕਿ ਇਸ ਤਕਲੀਫਾਂ ਦੇ ਵਿੱਚੋਂ। ਅਤੇ ਅਸੀਂ ਦੇਖਿਆ ਇੱਕ ਮੇਜਰ ਪੀੜ੍ਹੀ ਜਿਹੜੀ ਪੰਜਾਬ 'ਚੋਂ ਬਾਹਰ ਨਿਕਲ ਚੁੱਕੀ ਹੈ। ਐਜੂਕੇਸ਼ਨ ਸਿਸਟਮ ਉੱਥੇ ਵਧੀਆ ਨਹੀਂ ਹੈ, ਹੈਲਥ ਲਈ ਇੰਨਾ ਤਕਲੀਫਾਂ ਨੇ। ਮੈਂ ਪਿੰਡਾਂ 'ਚ ਜਾ ਕੇ ਆਇਆ, ਲੋਕਾਂ ਕੋਲ ਟੈਸਟ ਕਰਾਉਣ ਦੇ ਪੈਸੇ ਨਹੀਂ। ਤੁਸੀਂ ਇਲਾਜ ਤਾਂ ਛੱਡ ਦਿਓ ਗੱਲ, ਟੈਸਟ ਕਰਾਉਣ ਦੇ ਪੈਸੇ ਨਹੀਂ। ਕਈ ਬੱਚਿਆਂ ਨੂੰ ਮੈਂ ਦੇਖਿਆ 7-7 ਸਾਲ ਪੁਰਾਣੀਆਂ ਰਿਪੋਰਟਾਂ, ਮੈਂ ਕਿਹਾ ਮੈਂ ਇਹਨਾਂ ਨੂੰ ਠੀਕ ਕਰਾ ਦੇਣਾ, ਕਹਿੰਦੇ ਸਰ ਸਾਡੇ ਕੋਲ ਤਾਂ ਟੈਸਟ ਕਰਾਉਣ ਦੇ ਪੈਸੇ ਨਹੀਂ। 7 ਸਾਲ ਪੁਰਾਣੀਆਂ ਰਿਪੋਰਟਾਂ ਲੈ ਕੇ ਉਹ ਬੱਚਾ 7 ਸਾਲ ਤੋਂ ਉੱਦਾਂ ਹੀ ਸਫ਼ਰ ਕਰ ਰਹੇ ਨੇ। ਸੋ ਮੈਨੂੰ ਲੱਗਦਾ ਹੈਲਥ ਕੇਅਰ ਔਰ ਐਜੂਕੇਸ਼ਨ ਇੰਨਾ ਵੱਡਾ ਸੈਕਟਰ ਹੈ ਜਿੱਥੇ ਪੰਜਾਬ ਨੂੰ ਕੰਮ ਕਰਨਾ ਚਾਹੀਦਾ, ਔਰ ਇੰਪਲੋਇਮੈਂਟ ਕੀ, ਤਾਂ ਕਿ ਬਾਹਰੋਂ ਬੱਚੇ ਜਿਹੜੇ ਜਾਂਦੇ ਨੇ, ਬਾਹਰ ਜਾਂਦੇ ਨੇ, ਉਹ ਨਾ ਜਾਣ, ਉਲਟੇ ਬਾਹਰੋਂ ਆਉਣ। ਤੁਸੀਂ ਦੂਸਰੀਆਂ ਸਟੇਟਾਂ ਚਲ ਜਾਓ, ਤੇਲੰਗਾਨਾ ਚਲ ਜਾਓ, ਮੈਂ ਇੰਨੀਆਂ ਸਟੇਟਾਂ 'ਚ ਜਾਂਦਾ, ਉੱਥੇ ਲੋਕ ਬਾਹਰੋਂ ਆ ਰਹੇ, ਕੈਨੇਡਾ, ਅਮੈਰੀਕਾ ਤੋਂ ਲੋਕ ਜੋਬ ਕਰਨ ਆ ਰਹੇ, ਅਤੇ ਪੰਜਾਬ 'ਚ ਕਿਉਂ ਨਹੀਂ ਆ ਰਹੇ? ਅਤੇ ਬੇਸਿਕਲੀ ਇੰਫਰਾਸਟਰਕਚਰ, ਹੈਲਥ ਕੇਅਰ ਔਰ ਐਜੂਕੇਸ਼ਨ, ਜੇ ਇਹਨਾਂ ਤਿੰਨਾਂ 'ਤੇ ਕੰਮ ਕੀਤਾ ਜਾਏ ਤਾਂ ਮੈਨੂੰ ਲੱਗਦਾ ਪੰਜਾਬ ਨੂੰ ਜਿਹੜਾ ਵਾਪਸ ਜਿਹੜਾ ਡੀਓ ਮਿਲ ਸਕਦਾ। ਤੁਸੀਂ ਹੁਣੇ ਬੜੀ ਵਧੀਆ ਗੱਲ ਕਹੀ, ਕਿਉਂਕਿ ਮੈਂ ਵੀ ਇਹ ਸੋਚ ਰਿਹਾ ਸੀਗਾ ਕਿ ਤੁਸੀਂ ਆਖਿਰਕਾਰ ਇੰਨੀ ਦੇਰ ਕਿਉਂ ਲਗਾ ਰਹੇ ਹੋ, ਪਰ ਤੁਸੀਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਜੇ ਇੱਕ ਵਾਰ ਮੈਂ ਕੋਈ ਕੰਮ ਸ਼ੁਰੂ ਕਰਾਂ ਔਰ ਆਪਣੀ ਸੋਚ ਨਾ ਕਰਾਂ ਤਾਂ ਉਹਦੇ ਵਿੱਚ ਕੋਈ ਵਿਘਨ ਨਾ ਪੈ ਜਾਵੇ। ਅਕਸਰ ਸਾਡੇ ਇੱਥੇ ਕੈਨੇਡਾ, ਅਮੈਰੀਕਾ ਦੇ ਵਿੱਚ ਵੀ ਸਿਆਸਤਦਾਨ ਆ ਜਾਂਦੇ ਆ, ਤੁਹਾਡੇ ਉੱਥੇ 5 ਸਾਲ ਬਾਅਦ ਹੁੰਦੀ ਹੈ, ਸਾਡੇ ਇੱਥੇ ਜਦੋਂ ਇਲੈਕਸ਼ਨਸ ਹੁੰਦੀ ਆ ਫਿਰ ਆਉਂਦੇ ਨਜ਼ਰ, ਫਿਰ ਉਸ ਤੋਂ ਬਾਅਦ 4 ਸਾਲ ਗਾਇਬ ਰਹਿੰਦੇ ਆ, ਫਿਰ 4 ਸਾਲ ਬਾਅਦ ਦੁਬਾਰਾ ਨਜ਼ਰ ਆਉਂਦੇ ਨੇ। ਤੁਹਾਡੇ ਕੋਲੋਂ ਲੋਕਾਂ ਨੂੰ ਬੜੀ ਉਮੀਦ ਹੈ, ਜਿਨ੍ਹਾਂ ਨੂੰ ਆਕਸੀਜਨ ਚਾਹੀਦੀ ਸੀ ਤੁਸੀਂ ਸਰਕਾਰ ਤੋਂ ਪਹਿਲਾਂ ਆਕਸੀਜਨ ਪਹੁੰਚਾ ਦਿੰਦੇ ਸੀਗੇ। ਕਿਆ ਇਸ ਵਾਰ ਜੇ ਚਾਹੇ ਹਾਰ ਜਿੱਤ ਤਾਂ ਬਣੀ ਹੋਈ ਹੈ, ਪਰ ਜੇ ਤੁਸੀਂ ਇੱਕ ਵਾਰ ਲੋਕਾਂ ਦੀ ਉਮੀਦ ਬਣਾ ਦੋਗੇ, ਆਈ ਥਿੰਕ ਇਟ ਵਿਲ ਬੀ ਅ ਡ੍ਰੀਮ ਕਮ ਟਰੂ ਇਫ ਯੂ ਕਮ ਐਂਡ ਲੀਡ ਦਾ ਅਫੇਅਰਸ ਇਨ ਪੰਜਾਬ। ਅਤੇ ਕਿਤੇ ਇੱਦਾਂ ਤਾਂ ਨਹੀਂ ਹੋਏਗਾ ਕਿ ਜੇ ਤਾਂ ਜਿੱਤ ਗਏ ਫਿਰ ਚੱਲੀ ਜਾਏਗਾ ਸਿਲਸਿਲਾ, ਜੇ ਹਾਰ ਗਏ ਤਾਂ ਫਿਰ ਸੋਨੂੰ ਸੂਦ ਜੀ ਪਿੱਛੇ ਨਾ ਹਟਣ, ਹੁਣ ਤਾਂ ਅੱਗੇ ਹੀ ਵੱਧਦੇ ਜਾਣ, ਹਮੇਸ਼ਾ ਲੋਕਾਂ ਦੀ ਖਿਦਮਤ 'ਚ ਹਾਜ਼ਰ ਰਹਿਣ? ਇਹ ਲੋਕਾਂ ਲਈ ਇਹ ਬੜੀ ਵੱਡਾ ਇੱਕ ਇੰਪੋਰਟੈਂਟ ਸਵਾਲ ਹੈ, ਇਹਨੂੰ ਐਡਰੈਸ ਕਰੋ ਜ਼ਰਾ। ਭਾਈ, ਮੈਂ ਨਾ ਜਦੋਂ ਸ਼ੁਰੂ ਕੀਤਾ ਤਾਂ ਮੈਂ ਥੰਮਣ ਲਈ ਸ਼ੁਰੂ ਨਹੀਂ ਕੀਤਾ, ਕਿ ਮੈਂ ਰੁਕਣ ਲਈ ਸ਼ੁਰੂ ਨਹੀਂ ਕੀਤਾ। ਮੈਂ ਇਸ ਲੈਵਲ ਦਾ ਸਟਰਕਚਰ ਬਣਾਉਣਾ ਚਾਹੁੰਦਾ ਕਿ ਜਦ ਅੱਜ ਤੋਂ 50 ਸਾਲ 100 ਸਾਲ ਬਾਅਦ ਸੋਨੂੰ ਸੂਦ ਹੋਵੇ ਨਾ ਹੋਵੇ, ਲੇਕਿਨ ਇਹ ਕੰਮ ਚੱਲਦਾ ਰਹੇ। ਲੋਕੀ ਕਹਿੰਦੇ ਯਾਰ ਫਲਾਣੇ ਟਾਈਮ 'ਚ ਇਹ ਕੰਮ ਸ਼ੁਰੂ ਕੀਤਾ ਸੀ, ਉਹ ਚੱਲਦਾ ਰਹੋ। ਅੱਜ ਮੈਂ ਓਲਡ ਏਜ ਹੋਮ 'ਤੇ ਕੰਮ ਕਰ ਰਿਹਾ। ਮੈਂ ਪੰਜਾਬ 'ਚ ਇੱਕ ਬਹੁਤ ਵੱਡਾ ਮਿਸ਼ਨ ਸ਼ੁਰੂ ਕੀਤਾ ਜਿਹੜਾ ਪੜ੍ਹਾਈ ਦੇ ਉੱਤੇ ਜੀ, ਹਰ ਹੱਥ ਕਿਤਾਬ, ਕਿ ਜਿਹੜਾ ਵੀ ਬੱਚਾ ਪੜ੍ਹਨਾ ਚਾਹੁੰਦਾ, ਉਹ ਕਿਸੇ ਵੀ ਸਕੂਲ ਦਾ ਹੋਵੇ, ਕਾਲਜ ਦਾ ਹੋਵੇ, ਗਰੀਬ ਪਰਿਵਾਰ ਦਾ, ਜਿਹੜਾ ਆਪਣੀਆਂ ਫੀਸਾਂ ਨਹੀਂ ਭਰ ਸਕਦਾ, ਅਸੀਂ ਉਹਨੂੰ ਪੜ੍ਹਾਵਾਂਗੇ, ਉਹਦੀ ਉਹਦੀ ਫੀਸ ਭਰਾਂਗੇ। ਉਹਨੂੰ ਕੋਈ ਵੀ ਕੋਰਸ ਕਰਨਾ ਚਾਹੁੰਦਾ, IAS ਕੋਰਸ ਹੈ, CA ਕੋਰਸ ਹੈ, BE ਹੈ, ਉਹਨੇ ਡਾਕਟਰੀ ਕਰਨੀ, ਕਿਹੜਾ ਵੀ ਕੋਰਸ ਕਰਨਾ ਚਾਹੁੰਦੇ, ਅਸੀਂ ਹਰ ਕੋਰਸ ਲਈ ਹੈਲਪ ਕਰਦੇ ਹਾਂ। ਅੱਜ ਸਾਡੇ 22,000 ਸਟੂਡੈਂਟ, ਕਈ ਹੁਣ 22,400 ਸਟੂਡੈਂਟ ਅਸੀਂ ਪੜ੍ਹਾ ਰਹੇ ਹਾਂ। ਅੱਜ ਪੰਜਾਬ ਦੇ ਵਿੱਚ ਓਪਨ ਅਸੀਂ ਇੱਕ ਨੰਬਰ ਦਿੱਤਾ ਹੋਇਆ, ਮਿਸਡ ਕਾਲ ਦਿਓ, ਜਿਹੜੇ ਬੱਚੇ ਦੀ ਫੀਸ ਨਹੀਂ ਭਰੀ ਜਾ ਰਹੀ, ਜਿਹੜਾ ਬੱਚਾ ਨਹੀਂ ਪੜ੍ਹ ਪਾ ਰਿਹਾ, ਜਿਹੜਾ ਬੱਚਾ ਕੁਛ ਐਸਾ ਕੋਰਸ ਕਰਨਾ ਚਾਹੁੰਦਾ ਕਿ ਮਾਂ ਪਿਓ ਨਹੀਂ ਅਫੋਰਡ ਕਰਦੇ, ਤੁਸੀਂ ਸਾਨੂੰ ਦੱਸੋ, ਅਸੀਂ ਮੇਕ ਸ਼ੋਰ ਕਰਾਂਗੇ ਕਿ ਉਹ ਬੱਚੇ ਦੀ ਉਹ ਐਜੂਕੇਸ਼ਨ ਪੂਰੀ ਹੋਏ। ਉਦੋਂ ਬਾਅਦ ਅਸੀਂ ਹੈਲਥ ਦੇ ਵਿੱਚ ਗੱਲ ਕਰੋ, ਹੈਲਥ ਦੇ ਵਿੱਚ ਅਸੀਂ ਐਵੇਂ ਦੀ ਬਣਾਇਆ ਹੋਇਆ ਅੰਬਰੇਲਾ ਕਿ ਤੁਸੀਂ ਕੋਈ ਵੀ ਬਿਮਾਰੀ ਹੈ ਤੁਹਾਨੂੰ ਤੁਸੀਂ ਕਰੋ, ਅਸੀਂ ਹੈਲਪ ਕਰਾਂਗੇ ਤੁਹਾਨੂੰ। ਉਹਦੇ ਦੇਸ਼ ਭਰ ਦੇ ਵਿੱਚ ਸਾਰੇ ਹੋਸਪਿਟਲਾਂ ਨਾਲ ਅਸੀਂ ਟਾਈ ਅਪ ਕੀਤੇ, ਮੈਕਸੀਮਮ ਅੱਛੇ ਹੋਸਪਿਟਲ ਕਿ ਉੱਥੇ ਤੁਹਾਡਾ ਇਲਾਜ ਕਰਾਵਾਂਗੇ। ਸੋ ਆਈਡੀਆ ਇਹੀ ਹੈ ਕਿ ਜਿਹੜੀ ਲੋਕਾਂ ਨੂੰ ਪੰਜਾਬ ਨੂੰ ਚੀਜ਼ ਨਹੀਂ ਮਿਲਦੀ, ਉਹ ਉਹਨਾਂ ਨੂੰ ਮਿਲ ਸਕੇ। ਨਸ਼ਿਆਂ ਦੇ ਉੱਤੇ ਅਸੀਂ ਉੱਠਤਾ ਪੰਜਾਬ ਬਣਾਇਆ। ਲੋਕ ਹਮੇਸ਼ਾ ਕਹਿੰਦੇ ਉੜਤਾ ਪੰਜਾਬ ਕਿ ਵੀ ਇਹ ਨਸ਼ਿਆਂ ਦੇ ਵਿੱਚ ਖਰਾਬ ਹੋ ਗਿਆ। ਅਸੀਂ ਉੱਠਤਾ ਪੰਜਾਬ ਬਣਾਇਆ ਕਿ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਕਿਸੇ ਨੂੰ ਵੀ ਕੋਈ ਨਸ਼ੇ ਦੀ ਪ੍ਰੋਬਲਮ ਹੈ, ਕੋਈ ਐਸਾ ਪਰਿਵਾਰ, ਐਸਾ ਕੋਈ ਬੰਦਾ ਜਿਹਨੂੰ ਤੁਹਾਨੂੰ ਲੱਗਦਾ ਹੈ ਤੁਹਾਡਾ ਪੜੋਸੀ, ਕੋਈ ਦੋਸਤ, ਜੇ ਤੁਹਾਨੂੰ ਨਸ਼ਾ ਦੀ ਪ੍ਰੋਬਲਮ ਹੈ, ਸਾਨੂੰ ਅਸੀਂ ਕਰੋ ਫੋਨ, ਮਿਸ ਕਾਲ ਦਿਓ, ਅਸੀਂ ਉਹਨਾਂ ਨੂੰ ਲੈ ਕੇ ਪੂਰਾ ਇਲਾਜ ਕਰਾਵਾਂਗੇ। ਅਤੇ ਆਈਡੀਆ ਤਾਂ ਹੈ ਬਹੁਤ ਵੱਡਾ ਕਰਨ ਦਾ, ਕਰ ਵੀ ਰਹੇ ਹਾਂ, ਕੋਸ਼ਿਸ਼ ਵੀ ਹੈ, ਬਟ ਬੜਾ ਚੈਲੇਂਜਿੰਗ ਹੈ ਕਿਉਂਕਿ ਮੇਰੇ ਕੋਲ ਵੈਸਾ ਸਿਸਟਮ ਤਾਂ ਹੈ ਨਹੀਂ ਹੈ ਸਰਕਾਰੀ ਕਿ ਯੂਨੋ ਤੁਹਾਡੀ ਪੂਰੀ ਸਰਕਾਰ ਤੁਹਾਡੇ ਨਾਲ ਜੁੜੀ ਹੋਈ ਹੈ। ਬਟ ਹਾਂ, ਇੱਕ ਐਕਸਪੀਰੀਅੰਸ ਜ਼ਿੰਦਗੀ ਦਾ ਬੜਾ ਇੰਪੋਰਟੈਂਟ ਹੋਇਆ, ਔਰ ਹੋਪਫੁਲੀ ਜਿਹੜੀਆਂ ਤਬਦੀਲੀਆਂ ਆ ਰਹੀਆਂ ਉਹਨੂੰ ਦੇਖ ਕੇ ਬੜਾ ਇੰਸਪਾਇਰਿੰਗ ਲੱਗਦਾ।
ਕਈ ਵਾਰ ਸੀਐਮ ਦੇ ਕੇਸ ਦੀ ਗੱਲ ਕਰਦੇ, ਕਈ ਵਾਰ ਡੈਪਟੀ ਸੀਐਮ ਦੀ ਗੱਲ ਕਰਦੇ, ਇੰਪੋਰਟੈਂਟ ਫੋਲੀਓਸ ਦੀ ਗੱਲ ਕਰਦੇ, ਔਰ ਮੈਨੂੰ ਸਹੀ ਪੁੱਛੋ ਨਾ ਬਹੁਤ ਐਕਸਾਈਟ ਨਹੀਂ ਕਰਦਾ, ਕਿਉਂਕਿ ਮੈਂ ਪਾਵਰ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ। ਹਮੇਸ਼ਾ ਕਹਿੰਦੇ ਕਿ ਰਾਜਨੀਤੀ, ਮੈਨੂੰ ਕਹਿੰਦਾ ਨਾਮ ਉਹਦਾ ਨਾਮ ਰਾਜਨੀਤੀ ਹੋਣਾ ਹੀ ਨਹੀਂ ਚਾਹੀਦਾ। ਰਾਜ ਕਰਨ ਲਈ ਥੋੜ੍ਹਾ ਤੁਸੀਂ ਉਸ ਚਾਹੇ ਹੋ, ਸੇਵਾ ਨੀਤੀ ਹੋਣਾ ਚਾਹੀਦਾ ਕਿ ਤੁਸੀਂ ਸੇਵਾ ਕਰਨ ਲਈ ਆਓ। ਜਦ ਸਭ ਚੀਜ਼ਾਂ ਛੱਡੋ, ਲੋਕੀ ਜਦੋਂ ਆਉਂਦੇ ਆ ਪੋਲੀਟਿਕਸ ਤੋਂ ਪਹਿਲਾਂ ਪਲੈਨਿੰਗ ਕਰਦੇ ਕਿ ਮੈਂ ਬਈਆ ਬਹੁਤ ਤਕੜਾ ਕੰਮ ਹੋਜੂਗਾ, ਪਾਵਰ ਆਜੂਗੀ, ਚਾਰ ਗੱਡੀਆਂ ਅੱਗੇ ਹੋਣਗੀਆਂ, ਚਾਰ ਗੱਡੀਆਂ ਪਿੱਛੇ ਹੋਣਗੀਆਂ। ਮੈਨੂੰ ਲੱਗਦਾ ਜੀ ਉਹ ਸੋਚ ਕਿਤੇ ਨਾ ਕਿਤੇ ਖਰਾਬ ਹੈ। ਮੈਨੂੰ ਪਤਾ ਨਹੀਂ ਮੈਂ ਕਦੋਂ ਪੰਜਾਬ ਦੇ ਵਿੱਚ ਇਸ ਲੈਵਲ ਦਾ ਮੈਂ ਪਲੰਜ ਲਵਾਂਗਾ ਕਿ ਮੈਂ ਪੂਰੀ ਤਰ੍ਹਾਂ ਕੁਛ ਹਾਂ, ਲੇਕਿਨ ਜਦੋਂ ਵੀ ਉਹ ਸਮੇਂ ਆਊਗਾ ਆਈ ਵਿਲ ਮੇਕ ਸ਼ੋਰ ਕਿ ਪੰਜਾਬ ਨੂੰ ਜਿਹੜਾ ਉਹਦਾ ਡਿਊ ਹੈ ਵਾਪਸ ਜ਼ਰੂਰ ਮਿਲੇ। ਮੈਂ 100% ਕੋਸ਼ਿਸ਼ ਕਰਾਂਗਾ ਔਰ ਮਿਹਨਤ ਵੀ ਕਰਾਂਗਾ ਉਹਦੇ ਲਈ, ਔਰ ਉਹਦੇ ਤੱਕ ਪਹੁੰਚਣ ਲਈ ਜਿਹੜਾ ਮੈਂ ਬਿਨਾਂ ਪੋਲੀਟਿਕਸ ਤੋਂ, ਰਾਜਨੀਤੀ ਤੋਂ, ਸੇਵਾ ਨੀਤੀ ਤੋਂ ਕੁਸੇ ਬਿਨਾਂ ਜਿਹੜਾ ਕੰਮ ਕਰ ਰਿਹਾ ਉਹ ਐਡਾ ਵੱਡਾ ਸਟਰਕਚਰ ਹੋ ਗਿਆ ਕਿ ਅੱਜ ਕੋਈ ਵੀ ਸਰਕਾਰ ਉਹਨੂੰ ਅਡੋਪਟ ਕਰਕੇ ਵੱਡੇ ਲੈਵਲ ਦੀ ਮਦਦ ਕਰ ਸਕਦੀ ਹੈ। ਕੋਈ ਟਾਈਮ ਫਰੇਮ ਦੇ ਸਕਦੇ ਹੋ, ਕਿਉਂਕਿ ਪੰਜਾਬ ਦੇ ਵਿੱਚ ਤਾਂ ਹੁਣ ਜਲਦੀ ਇਲੈਕਸ਼ਨ ਕਮਿਸ਼ਨ ਦੀ ਅਨਾਊਂਸਮੈਂਟ ਵੀ ਹੋ ਜਾਣੀ ਹੈ ਔਰ ਲੋਕ ਦੇਖ ਰਹੇ ਨੇ ਇਸ ਵੇਲੇ ਮਨ ਬਣਾ ਰਹੇ ਨੇ, ਇੱਕ ਤਲਾਸ਼ ਕਰ ਰਹੇ ਨੇ ਪੰਜਾਬ ਦੇ ਲੋਕ, ਕਿਉਂਕਿ ਪੰਜਾਬ ਇਜ਼ ਇਨ ਅ ਸਿਚੁਏਸ਼ਨ ਆਫ ਕ੍ਰਾਈਸਿਸ ਕਿ ਸਾਨੂੰ ਇਸ ਕ੍ਰਾਈਸਿਸ ਤੋਂ ਕੌਣ ਬਾਹਰ ਕੱਢੇ। ਸੋ ਕਿਆ ਸੋਨੂੰ ਸੂਦ ਜੀ ਐਟਲੀਸਟ ਇੱਕ ਟਾਈਮ ਫਰੇਮ ਦੇ ਸਕਦੇ ਨੇ ਕਿ ਜੀ 10 ਦਿਨ, 15 ਦਿਨ, 20 ਦਿਨ ਤੱਕ ਮੈਂ ਐਟਲੀਸਟ ਦੱਸ ਦੇਵਾਂਗਾ ਕਿ ਐਮ ਆਈ ਟੇਕਿੰਗ ਦੈਟ ਪਲੰਜ, ਯੈਸ ਔਰ ਨੋ, ਇਫ ਯੈਸ ਤਾਂ ਫਿਰ ਕਿਹੜੀ ਪਾਰਟੀ ਦੇ ਨਾਲ, ਇਹਦਾ ਜਵਾਬ ਮਿਲ ਜਾਏਗਾ। ਅਫਕੋਰਸ ਭਾਜੀ, ਮੈਂ ਤੁਹਾਨੂੰ ਮੈਂ ਕਿਹਾ ਕਿ ਮੈਂ ਹਜੇ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਕਿ ਸੋਚ ਕਿੱਧਰ ਨੂੰ ਜਾ ਰਹੀ ਹੈ, ਕੀ ਲੋਕਾਂ ਦੀ ਸੋਚ ਹੈ, ਜਿਹੜੀਆਂ ਪਾਰਟੀਜ਼ ਨੇ ਉਹਨਾਂ ਦੀ ਕੀ ਸੋਚ ਹੈ। ਬਟ ਜਿਵੇਂ ਮੈਂ ਕਿਹਾ ਕਿ ਮੇਰੀ ਸਿਸਟਰ ਮਾਲਵਿਕਾ ਸੂਦ ਹੈ, ਉਹ ਵੀ ਆ ਹੀ ਰਹੀ ਹੈ, ਅਤੇ ਉਹਦੀ ਵੀ ਉਹਨੇ ਬੜੇ ਟਾਈਮ ਤੋਂ ਬਹੁਤ ਚੈਰਿਟੀ ਦਾ ਬਹੁਤ ਕੰਮ ਸੰਭਾਲਿਆ ਹੋਇਆ ਪੰਜਾਬ ਦੇ ਵਿੱਚ। ਅੱਜ ਹਰ ਥਾਂ 'ਤੇ, ਪਿੰਡਾਂ ਦੇ ਵਿੱਚ, ਭਾਵੇਂ ਕੋਈ ਵੀ ਕਿਸੇ ਨੂੰ ਤਕਲੀਫ ਹੋਵੇ, ਖਾਣ ਦੀ, ਇਲਾਜ ਦੀ, ਪੜ੍ਹਾਈ ਦੀ, ਉਹ ਕਰ ਰਹੀ ਹੈ, ਅਤੇ ਉਹ ਤਾਂ ਰਹੇਗੀ ਰਹੇਗੀ ਡੈਫੀਨੇਟਲੀ। ਮੈਂ ਜਿਹੜਾ ਬਾਹਰੋਂ ਇਨਫਰਾਸਟ੍ਰਕਚਰ ਰੈਡੀ ਕੀਤਾ ਉਹ ਵੀ ਪੰਜਾਬ ਲਈ ਹਮੇਸ਼ਾ ਖੜਾ ਰਹੂਗਾ, ਲੋਕੀ ਜਿਹਨੂੰ ਜੋ ਤਕਲੀਫ ਚਾਹੀਦੀ ਅੱਜ ਵੀ ਅਸੀਂ ਉਹਨੂੰ ਐਡਰੈਸ ਕਰ ਰਹੇ। ਬਟ ਲਾਈਕ ਇਹ ਸੈਡ ਕਿ ਪੰਜਾਬ ਦੀ ਹੁਣ ਜਿਹੜੀ ਪੋਲੀਟਿਕਸ ਹੈ ਬੜੀ ਵੋਲੇਟਾਈਲ 'ਚ ਹੋ ਗਈ ਹੈ, ਬੜੀਆਂ ਸਾਰੀਆਂ ਪਾਰਟੀਆਂ ਆ ਗਈਆਂ ਨੇ, ਬੜੇ ਸਾਰੇ ਲੋਕ ਆ ਗਏ, ਬੜੇ ਸਾਰੇ ਲੋਕ ਨੂੰ ਸਭ ਕੁਛ ਚਾਹੀਦਾ, ਹਰ ਬੰਦੇ ਨੇ ਉਹ ਟੌਪ ਦੀ ਪੋਜੀਸ਼ਨ ਚਾਹੀਦੀ ਹੈ। ਸੋ ਆਈ ਥਿੰਕ ਕਿਤੇ ਨਾ ਕਿਤੇ ਮੈਨੂੰ ਐਸਾ ਲੱਗਦਾ ਕਿ ਜਿਹੜੀਆਂ ਇਹ ਹੰਗਰ ਗੇਮ ਸ਼ੁਰੂ ਹੋ ਜਾਂਦੀਆਂ ਕਿ ਯਾਰ ਕੁਰਸੀ ਦੇ ਪਿੱਛੇ ਜਿਹੜੀ ਭੱਜਣ ਦੀ ਦੌੜ ਸ਼ੁਰੂ ਹੁੰਦੀ ਨਾ, ਉਹ ਬੜੀ ਸਕੇਰੀ ਹੈ, ਬੜੀ ਡਰਾਵਨੀ ਜੀ ਹੈ ਕਿ ਯਾਰ ਕਿਉਂ ਭੱਜ ਰਹੇ ਹੋ। ਮੈਨੂੰ ਲੱਗਦਾ ਲੀਡਰ ਉਹ ਹੋਣਾ ਚਾਹੀਦਾ ਜਿਹਨੂੰ ਧੱਕੇ ਨਾ ਕੁਰਸੀ 'ਤੇ ਪਾਓ ਕਿ ਬਈ ਯਾਰ ਤੂੰ ਬੈਠ, ਉਹ ਬੰਦਾ ਕਿ ਯਾਰ ਮੈਂ ਤਾਂ ਨਹੀਂ ਬੈਠਣਾ ਚਾਹੁੰਦਾ, ਪਰ ਉਹਨੂੰ ਧੱਕੇ ਨਾ ਪਾਓ ਕਿ ਯਾਰ ਤੂੰ ਬੈਠ, ਕਿਉਂਕਿ ਤੂੰ ਹੀ ਹੈ ਉਹ ਇਨਸਾਨ ਜਿਹੜਾ ਉਹ ਤਬਦੀਲੀ ਔਰ ਬਦਲਾਵ ਲਿਆ ਸਕਦਾ। ਅਤੇ ਆਈ ਫੀਲ ਕਿ ਜਦੋਂ ਜਿਸੇ ਦਾ ਸਮੇਂ ਲਿਖਿਆ ਹੋਊਗਾ, ਜਿਹੜਾ ਡਿਜ਼ਰਵਿੰਗ ਹੋਊਗਾ, ਉਹ ਡੈਫੀਨੇਟਲੀ ਉਹ ਕੁਰਸੀ ਉਹਨੂੰ ਜ਼ਰੂਰ ਮਿਲੇਗੀ, ਉੱਥੇ ਤੱਕ ਜ਼ਰੂਰ ਪਹੁੰਚੂਗਾ। ਮੇਰਾ ਫਰਕ ਨਹੀਂ ਪੈਂਦਾ ਮੈਂ ਕੁਰਸੀ 'ਤੇ ਆਵਾਂ ਜਾਂ ਨਾ ਆਵਾਂ, ਜਿਹੜੀ ਮੇਰੀ ਮਦਦ ਦੀ ਜਿਹੜੀ ਮੈਂ ਜੰਗ ਛੇੜੀ ਹੈ ਉਹ ਜ਼ਿੰਦਗੀ ਭਰ 24 ਘੰਟੇ ਚੱਲਦੀ ਰਹੇਗੀ। ਤੁਸੀਂ ਸੋਨੂੰ ਜੀ ਉਹ ਸ਼ਖਸ ਹੈਗੇ ਹੋ, ਇਸ ਟਾਈਮ ਚੰਗਾ ਦੌਰ ਇਹ ਆਇਆ ਕਿ ਕੇਜਰੀਵਾਲ ਸਾਹਿਬ ਵਰਗੇ ਇਮਾਨਦਾਰ ਸਿਆਸਤਦਾਨ ਆ ਰਹੇ ਨੇ, ਆਈ ਜੀ ਕੁੰਵਰ ਵਿਜੇ ਪ੍ਰਤਾਪ ਸਾਹਿਬ ਵਰਗੇ ਇਮਾਨਦਾਰ ਲੋਕ ਇਸ ਵੇਲੇ ਰਾਜਨੀਤੀ ਦੇ ਵਿੱਚ ਆ ਰਹੇ ਨੇ, ਨਵਜੋਤ ਸਿੰਘ ਸਿੱਧੂ ਐਟਲੀਸਟ ਆਈ ਗਿਵ ਇਟ ਟੂ ਹਿਮ ਕਿ ਹੀ ਇਜ਼ ਐਨ ਓਨੈਸਟ ਪੋਲੀਟੀਸ਼ੀਅਨ, ਔਰ ਤੁਸੀਂ ਵੀ ਉਹ ਇਨਸਾਨ ਹੋ ਜਿਹਨਾਂ ਨੂੰ ਕਿ ਲੋਕ ਤੁਸੀਂ ਕਹਿੰਦੇ ਹੋ ਨਾ ਕਿ ਧੱਕੇ ਦੇ ਨਾਲ, ਮੈਂ ਕਹਿੰਦਾ ਮੈਂ ਇਸ ਤੋਂ ਵੱਧ ਵਿਦਾਊਟ ਬਲਰਿੰਗ ਦਾ ਲਾਈਨਸ ਬਿਕੋਜ਼ ਆਈ ਐਮ ਇਨ ਦਾ ਮੀਡੀਆ ਸੋ ਵੋਂਟ ਬਲਰ ਦਾ ਲਾਈਨਸ, ਤੁਸੀਂ ਉਹ ਇਨਸਾਨ ਹੋ ਕਿ ਲੋਕ ਇਹ ਕਹਿਣਗੇ ਜੇ ਸੋਨੂੰ ਸੂਦ ਜੀ ਆ ਗਏ ਇਟ ਵਿਲ ਬੀ ਅ ਡ੍ਰੀਮ ਕਮ ਟਰੂ। ਸੋ ਤੁਸੀਂ ਤਾਂ ਵਾਕਈ ਉਹ ਇਨਸਾਨ ਹੋ, NRIs ਤੋਂ ਕਿਸ ਤਰ੍ਹਾਂ ਦੀ ਸਪੋਰਟ ਦੀ ਉਮੀਦ ਕਰਦੇ ਹੋ ਕਿ ਜੇ ਕੱਲ੍ਹ ਨੂੰ ਤੁਸੀਂ ਪੰਜਾਬ ਲੀਡ ਕਰਦੇ ਹੋ ਤੁਹਾਨੂੰ ਅਮੈਰੀਕਾ, ਕੈਨੇਡਾ ਜਾਂ ਜਿੱਥੇ ਵੀ ਹੋਰ ਸਾਡਾ ਚੈਨਲ ਵਾਈਜ਼ ਦੇਖਿਆ ਜਾ ਰਿਹਾ, ਕੀ ਉਮੀਦ ਰੱਖਦੇ ਹੋ NRIs ਤੋਂ ਤੁਸੀਂ? ਦੇਖੋ NRIs ਨਾ ਇਹ ਬੈਕਬੋਨ ਹੈ, ਸਕਸੈਸ ਦੀ ਬੈਕਬੋਨ ਹੈ, ਕਿਉਂਕਿ ਉਹਨਾਂ ਨੂੰ ਵਿਜ਼ਨ ਹੋ ਗਿਆ। ਇਹ ਉਹੀ NRIs ਨੇ ਜਿਹੜੇ ਕਿਸੇ ਪਿੰਡਾਂ ਦੇ ਵਿੱਚ ਗਰੀਬ ਪਰਿਵਾਰਾਂ ਤੋਂ ਗਏ, ਜਦੋਂ ਉਹਨਾਂ ਨੇ ਬਾਹਰ ਜਾ ਕੇ ਤਰੱਕੀ ਕੀਤੀ, ਅੱਜ ਵੀ ਆਪਣੇ ਪੰਜਾਬ ਨੂੰ ਬਹੁਤ ਮਿਸ ਕਰਦੇ। ਮੈਂ ਸਾਰੇ NRIs ਭਰਾਵਾਂ ਨੂੰ ਜਿੰਨੇ ਜਿਹੜੇ ਜਿੱਥੇ ਬੈਠੇ ਹੋਏ ਆ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਉੱਥੇ ਬੈਠ ਕੇ ਬੜੇ ਕਈ ਵਾਰ ਆਪਾਂ ਹੈਂਡੀਕੈਪ ਮਹਿਸੂਸ ਕਰਦੇ ਕਿ ਯਾਰ ਮੈਂ ਕਿਸ ਤਰ੍ਹਾਂ ਆਪਣੇ ਪੰਜਾਬ ਦੀ ਮਦਦ ਕਰਾਂ, ਯਾਰ ਕਿਸ ਤਰ੍ਹਾਂ ਮੈਂ ਨਸ਼ਿਆਂ ਨੂੰ ਦੂਰ ਕਰਾਂ, ਕਿੱਦਾਂ ਪੜ੍ਹਾਵਾਂ, ਕਿੱਦਾਂ ਇਲਾਜ ਕਰਾਂ। ਮੈਂ ਜਿਹੜਾ ਪਲੈਟਫਾਰਮ ਸ਼ੁਰੂ ਕੀਤਾ ਸੂਦ ਚੈਰਿਟੀ ਫਾਊਂਡੇਸ਼ਨ, ਉੱਥੇ ਤੁਸੀਂ ਜ਼ਰੂਰ ਜਾਓ। ਆਈ ਵਿਲ ਮੇਕ ਸ਼ੋਰ ਕਿ ਮੈਂ ਤੁਹਾਨੂੰ ਉਹ ਚੈਨਲ ਦੇਵਾਂਗਾ ਜਿਹੜੇ ਮੈਂ ਐਕਸਪਲੋਰ ਕੀਤੇ 2 ਸਾਲਾਂ 'ਚ, ਕਿ ਕਿਸ ਤਰ੍ਹਾਂ ਮਦਦ ਪਹੁੰਚ ਸਕਦੀ ਹੈ, ਕਿਸ ਤਰ੍ਹਾਂ ਉਹ ਲੋਕ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਇਲਾਜ ਨਹੀਂ ਕਰਾ ਸਕਦੇ, ਟੈਸਟ ਨਹੀਂ ਕਰਾ ਸਕਦੇ, ਕਿਵੇਂ ਉਹਨਾਂ ਨੂੰ ਤੁਸੀਂ ਡਾਇਰੈਕਟ ਮਦਦ ਦੇ ਸਕਦੇ ਹੋ, ਤੁਸੀਂ ਕਿਸ ਤਰ੍ਹਾਂ ਡਾਇਰੈਕਟ ਬੱਚਿਆਂ ਨੂੰ ਪੜ੍ਹਾ ਸਕਦੇ ਹੋ, ਡਾਇਰੈਕਟ ਸਕੂਲਾਂ 'ਚ ਉਹਨਾਂ ਦੀ ਐਡਮਿਸ਼ਨ ਲਾ ਕੇ ਉਹਨਾਂ ਦੇ ਤੁਹਾਨੂੰ ਰਿਜ਼ਲਟਸ ਅਸੀਂ ਭੇਜਾਂਗੇ, ਕਿਵੇਂ ਰਿਜ਼ਲਟਸ ਉਹਦੇ ਆ ਰਹੇ ਹੈ, ਜੇ ਕਿਸੇ ਦੇ ਇਲਾਜ ਕਰਾ ਰਹੇ ਹੋ ਕਿਵੇਂ ਉਹਦੀਆਂ ਮੈਡੀਕਲ ਰਿਪੋਰਟਸ ਨੇ, ਕਿਵੇਂ ਉਹਦਾ ਪ੍ਰੋਗਰੈਸ ਹੋ ਰਿਹਾ, ਕਿਵੇਂ ਤੁਸੀਂ ਉਹਦੀ ਜਾਨ ਬਚਾਈ। ਮੈਂ ਹਜ਼ਾਰਾਂ ਲੋਕਾਂ ਨੂੰ ਐਸਾ ਕੀਤਾ ਔਰ ਉਹਨਾਂ ਨੂੰ ਇੰਨੀ ਖੁਸ਼ੀ ਹੁੰਦੀ ਕਿ ਯਾਰ ਪਹਿਲਾਂ ਅਸੀਂ ਕਿਸੇ ਨੂੰ ਡੋਨੇਸ਼ਨ ਦਿੰਦੇ ਸਾਨੂੰ ਪਤਾ ਹੀ ਨਹੀਂ ਚੱਲਦਾ ਸੀ ਯਾਰ ਕੀ ਕਰਦਾ, ਹੁਣ ਅਸੀਂ ਜਦੋਂ ਸੂਦ ਚੈਰਿਟੀ ਫਾਊਂਡੇਸ਼ਨ
कि NRI भरा सारे मिलकर असी सू चैरिटी फाउंडेशन हाथ जोड़ो तुसी प्लीज और असी इस लैवल की मुहिम छेड़िए कि लोग कहने यार इकाडी सरकार चल रही है ये पता नहीं किवें कर रही सिस्टम पर हड सरकार है लोग जिन्हों की सुनवाई किसी राजनीति पार्टियां नहीं कर दी लोग कह चलो यार सू चैरिटी फाउंडेशन चलो क्योंकि उत्थे इन्ने NRI भरा जुड़े ने साथ वो सानू संभाल ही लैणगे फर्क नहीं पैंदा तुसी सरकार सिस्टम छो नहीं हो मैं दो साल च एक्सपीरियंस किया जे तुहाडे मन च सोच है फिर तुसी दुनिया के देश के किसी भी कोने जाके कोई भी मदद पहुँचा सकते ठीक है मेरे आखिरी दो सवाल ने जी एक तो हैगा है कि एक तरफ सूद चैरिटी फाउंडेशन है वो बहुत वधिया काम तुसी कर रहे हो और दूसरी तरफ तुसी हुणे क्या है कि यू लव टू लीड पंजाब दोनों ही बड़े भले दे काम और उम्मीद है लोगों को कि तुसी ये दोनों काम करोगे बट जे तुहानू मौका मिले कि एक तरफ सूद फाउंडेशन जिहड़ा तुसी रन कर ही रहे हो चैरिटी फाउंडेशन उह तां कर ही रहे हो बट जे तुहानू यह मौका मिले कि इस तरफ आओ जी राजनीति तरफ आओ तुहाडे कोल पावर भी होएगी रिसोर्सिज भी होणगे एंड मेरा जाती ओपीनियन है यू कैन बैटर सर्व द कंट्री बैटर सर्व पंजाब तुहानू नहीं ऐसा लगता बिल्कुल भाजी मैं बिल्कुल लगता है कि जो तुम सिस्टम छो तो बैटर कर सकते हो एंड आई टोटली बिलीव दैट इसलिए मेरी बड़ी मुलाकात हुई कई बार की सोच कि नहीं है देखो भाजी क्या कि जो इलेक्शन शुरू होंगे ना उदो सोचा बदल जाती है लीडर्स दी सब चंगे काम करना चाहते हैं प्रोमिस होंगे मैनीफेस्टोज बनते हैं मैं कभी उस स्पेस च नहीं जाना चाहवागा जिथे मैं कि जो मैं काम कर रहा वो कारण मैं लिता गया हो मैं चाहना कि वह काम होर वड्डा हो मैं हजे भी एक्सप्लोर कर रहा एक दिन मैं आऊंगा जरूर मैं पता नहीं वो कदों समय लिखा जो तो समय लिखा उस दिन मैं आऊंगा सामने कि मैं हाँ चलो मैं हूँ सिस्टम का हिस्सा बन गया लेकिन जो तो भी वो समय आएगा मैं रूफटॉप से चढ़ के कहूँगा कि हाँ मैं आ गया चलो आप मिलकर पंजाब को बदलीए मैं खड़ा होया पंजाब लिए हर एक कस्बे लिए हर एक इंसान लिए कि कोई भी तकलीफ हो मैं थोड़े खड़ा होव अगले 10-15-20 दिन पता नहीं किधर न हवा का रुख होगा की सोच होगी की मेरी पोजिशन होगी जिंदगी लेकिन मैं इन्ना वादा जरूर कर दें फर्क नहीं पैंता कि सोनू सूद राजनीति है कि नहीं है पर सोनू सूद वादा जरूर कर दें पार्टी कोई भी आवे कोई भी रूल करे लेकिन पंजाब दे विच कोई घर दे विच राशन की कमी नहीं आन दूंगा कोई घर दे विच पढ़ाई की कमी नहीं आन दूंगा कोई घर दे विच हेल्थ केयर की सिस्टम नहीं आऊंगा जे किसी नूं कोई भी तकलीफ है पंजाब दे किसी भी छोटे पिंड दे विच या किसी भी शहर दे विच सानू प्लीज असी लिखो प्लीज कनैक्ट करो साडा घर मोगा है सारे दुनिया अज भी कई 100,000 लोग पहुंचते हैं उत्थे घर तुसी पहुंचो तुहानू सोनू सूद राजनीति दे थ्रू या बिना राजनीति दे खड़ा जरूर मिलूगा मेरा आखिरी सवाल है कि जिस तरह जदों तुसी इन्ना खूबसूरत चैरिटी का काम किया ऑफकोर्स लीडर तो कोई चाहिए तुसी लीड किया बहुत बहुत मुबारकबाद लेकिन हुण जब तुसी राजनीति दे विच आ रहे हो एक तो हो सकता तुसी पोलीटिकल पार्टी दे विच जाओ रिवायती लोग रिवायती पार्टियां उन्हां दी उही सोच अगेन विद अटमोस्ट रिस्पैक्ट पर लोग तो एक्सपैक्ट करते हैं कि जिस तरह तुहाडी एक नवी टीम तुसी गठित की और उन्हें कमाल का काम किया चैरिटी वास्ते जे तुसी राजनीति च आओगे कोई अपनी टीम भी तैयार कर रहे हो अपने नाल कि जिहड़ी आ बड़ा वड्डा बीड़ा तुसी चक्कण जाओगे उत्थे इस क्राइसिस तो बाहर कढ़ण दा वो टीम तैयार हो रही है कि नहीं हो रही भाई टीम तैयार है बहुत सारे लोग भी है पर लाइक एक साइड ना एक राजनीति अलग चीज है उसके लिए एक अलग तरह का होमवर्क करना बड़ा जरूरी है बहुत समय लगता है कि तुसी अपने लोग अपनी टीम तैयार करो और सारे की सोच नू नाल लेके चलो कि कोई तुहाडी टीम च ऐसा बंदा ना हो जिहड़ा गलत रीजन के कारण राजनीति च आए साडी ऑलरेडी टीम तैयार हो रही है बहुत सारे लोग तैयार हो गए बड़े लोगों को असी बदलिया बड़े लोगों को असी एवें दे काम चलाता है जिहड़े लोग अज भी मदद कर रहे हैं मैं तुहानू जिवें आख्या मैनू पता नहीं समय किहड़ा है वो हुण आएगा बाद च आएगा या पता नहीं कदों आएगा लेकिन जदों भी आएगा पंजाब नूं उह चीज़ देनी है जिहड़ी पंजाब डिजर्व करदा मैं हमेशा सारे नूं कहना जदों मैनूं पोलीटिकल पार्टीज दे लीडर्स मिले मैं कहा मैनूं ऐसा लगता है कि मैं वह खिलाड़ी हाँ जिहड़ा 6 बॉल ते 6 छक्के मार सकदा बट मैनूं वह ओवर ते पहुँचना जरूरी है मैनूं वह पिच ते पहुँचना जरूरी है मैनूं इस गल दा भी डर लगता है कि किते इह पार्टियां नाल जुड़ के तुसी जो करना चाहते हो जो कर रहे हो कितने करने तो छुट ना जाओ तो मैनू जो मैं आवा तो फिर मैं रोकिए ना मैं बैट घुमाना आता मैं शॉट्स मारने आते मैं मारता रहाँगा फर्क नहीं पैंता मैं टीम तो मार रहा या मैं अपने लैवल से मार रहा बट ये वादा जरूर है अज आप रिकॉर्ड के भाजी गल कर रहे हैं कि एक तो काम कभी बंद नहीं होगा और बहुत व्डे लैवल का काम होगा और जे कि सोनू सूद या सोनू सूद परिवार आया असं राजे जो लोग डिजर्व करते जिहड़े लोकी सोचना अपने घरों निकल के जिन्हां कोल कई बार रिक्शे के पैसे नहीं होंदे वोट देने जाते हैं एक उम्मीद ना जाते उम्मीद ना वड्डा शब्द मैं हमेशा कहना कोई नहीं है जिहड़े बंदे ने तुहाडे ते उम्मीद ला के तुहानू अपनी
ਪਰਿਵਾਰ, ਆਪਣੀ ਐਜੂਕੇਸ਼ਨ, ਆਪਣੇ ਜਵਾਕ, ਉਹਨਾਂ ਦਾ ਫਿਊਚਰ ਤੁਹਾਡੇ ਹੱਥ ਵਿੱਚ ਦੇਤਾ। 5 ਸਾਲ ਲਿਖੀ ਹੋਈ ਗਿਆ, ਮੈਂ ਇਹ ਅੱਜ ਇਹ ਬਟਨ ਦਬਾਇਆ ਔਰ ਮੈਂ ਆਪਣੇ ਪਰਿਵਾਰ ਦਾ ਭਵਿੱਖ ਜਿਹੜਾ ਤੁਹਾਡੇ ਹੱਥ ਵਿੱਚ ਦੇ ਰਿਹਾ, ਇਹਨੂੰ ਸੰਭਾਲ ਕੇ ਰੱਖੀ। ਜੇ ਤੁਸੀਂ ਉਹਦੇ 'ਚ ਫੇਲ ਹੁੰਦੇ ਹੋ ਤਾਂ ਤੁਹਾਡੇ ਨਾਲ ਖਰਾਬ ਇਨਸਾਨ ਕੋਈ ਨਹੀਂ। ਤੁਸੀਂ ਉਹ ਉਮੀਦ ਦਾ ਜਿਹੜਾ ਬਟਨ ਕਿਸੇ ਨੇ ਦਬਾਇਆ ਉਹਨੂੰ ਸੈਲਿਊਟ ਕਰੋ, ਉਹਨੂੰ ਉਹਦੇ ਉੱਤੇ ਖਰੇ ਉਤਰੋ ਔਰ ਉਹ ਲੋਕਾਂ ਦੀ ਜਾਨ ਬਚਾਉਣ ਲਈ ਲੱਗੋ। ਤੇ ਮੈਂ ਬਸ ਉਹੀ ਕਹਿੰਦਾ, ਉਮੀਦ ਨਾ ਲੋਕਾਂ ਦੀ ਤੋੜੋ। ਜੇ ਤੁਸੀਂ ਉਮੀਦ ਟੁੱਟੀ ਤਾਂ ਫਿਰ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਰੱਬ ਵੀ ਮਾਫ਼ ਨਹੀਂ ਕਰੂ। ਸੋਨੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਜ਼ਾਤੀ ਤੌਰ ਦੇ ਉੱਤੇ ਅਗੇਨ ਵਿਦਾਊਟ ਬਲਰਿੰਗ ਦਾ ਲਾਈਨਸ ਮੈਂ ਉਮੀਦ ਕਰਾਂਗਾ ਕਿ ਯੂ ਡੈਫੀਨੇਟਲੀ ਟੇਕ ਅ ਪਲੰਜ। ਸਮੇਂ ਤਿਆਰ ਹੈ, ਤੁਸੀਂ ਕਿਹਾ ਨਾ ਤੁਹਾਡੇ ਕੋਲ ਬੈਟ ਵੀ ਹੈ, ਬਾਲ ਵੀ ਹੈ, ਸਭ ਕੁਛ ਇਸ ਟਾਈਮ ਤਿਆਰ ਹੈ, ਮੌਕਾ ਵੀ ਹੈ। ਨਜ਼ਾਕਤ, ਮੈਂ ਚਾਹਾਂਗਾ ਕਿ ਤੁਸੀਂ ਜ਼ਰੂਰ ਆਓ ਇਸ ਦੇ ਵਿੱਚ ਰਾਜਨੀਤੀ 'ਚ, ਔਰ ਲੋਕਾਂ ਨੂੰ ਬੜੀ ਉਮੀਦ ਹੈ ਕਿ ਕੋਈ ਨਾ ਕੋਈ ਉਹਨਾਂ ਦੀ ਬਾਂਹ ਪਕੜੇ ਔਰ ਉਹਨਾਂ ਨੂੰ ਕ੍ਰਾਈਸਿਸ ਤੋਂ ਬਾਹਰ ਕੱਢੇ। ਥੈਂਕ ਯੂ ਸੋ ਮੱਚ ਫੋਰ ਯੋਰ ਟਾਈਮ। ਜਾਣ ਤੋਂ ਪਹਿਲਾਂ ਕੁਛ ਹੋਰ ਕਹਿਣਾ ਚਾਹੋ ਤਾਂ ਜ਼ਰੂਰ ਕਹਿ ਦਿਓ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਭਾਅ ਜੀ, ਬਹੁਤ ਅੱਛਾ ਲੱਗਿਆ। ਹਮੇਸ਼ਾ ਜਦੋਂ ਵੀ ਮੈਂ ਪਹਿਲੇ ਜਿੰਨੇ ਤੋਂ ਆਪਣੇ ਦੋਸਤ ਪਰਿਵਾਰ ਜਿਹੜੇ ਸੁਣ ਰਹੇ ਨੇ, ਜਦੋਂ ਕੋਵਿਡ ਵੀ ਲਹਿਰ ਚੱਲ ਰਹੀ ਸੀ, ਬੜੇ ਲੋਕੀ ਸਾਡੇ ਨਾਲ ਜੁੜੇ, ਬੜੇ ਲੋਕਾਂ ਨੇ ਮਦਦ ਕੀਤੀ, ਬਹੁਤ ਲੋਕਾਂ ਨੇ ਤੁਹਾਡੇ ਥਰੂ ਅਸੀਂ ਲੋਕਾਂ ਦੀ ਜਾਨਾਂ ਬਚਾ ਪਾਏ। ਮੈਂ ਇਹੀ ਕਹਾਂਗਾ ਕਿ ਹਮੇਸ਼ਾ ਇੰਤਜ਼ਾਰ ਨਾ ਕਰੋ ਔਖੇ ਟਾਈਮ ਦਾ। ਹਮੇਸ਼ਾ ਕਹਿੰਦੇ ਲੋਕੀ ਕਿ ਥਰਡ ਵੇਵ ਤਾਂ ਨਹੀਂ ਆਊਗੀ, ਥਰਡ ਵੇਵ ਚੱਲ ਰਹੀ ਹੈ, ਲੋਕੀ ਹਜੇ ਵੀ ਤਕਲੀਫਾਂ 'ਚ ਨੇ। ਜਦੋਂ ਕੋਵਿਡ, ਜਿਹਨਾਂ ਦੇ ਮਾਂ ਪਿਓ ਚਲੇ ਗਏ, ਜਿਹਨਾਂ ਦੇ ਬਿਜ਼ਨਸ ਖਤਮ ਹੋ ਗਏ, ਅੱਜ ਉਹ ਬੱਚਿਆਂ ਨੂੰ ਪੜ੍ਹਾ ਨਹੀਂ ਪਾਉਂਦੇ, ਐਜੂਕੇਸ਼ਨ ਨਹੀਂ ਕਰਵਾ ਪਾਉਂਦੇ, ਉਹਨਾਂ ਦੇ ਇਲਾਜ ਨਹੀਂ ਕਰਾ ਪਾਉਂਦੇ, ਵੇਵ ਹਜੇ ਵੀ ਚੱਲ ਰਹੀ ਹੈ। ਅਤੇ ਜਿਹੜਾ ਤੁਹਾਡਾ ਚੈਰਿਟੀ ਦੀ ਸੋਚ ਹੈ ਉਹਨੂੰ ਬੰਦ ਨਾ ਕਰੋ, ਤੁਸੀਂ ਚੱਲਦੇ ਰਹਿਣ ਦਿਓ, ਜੁੜਦੇ ਰਹੋ, ਫੋਨ ਕਰਦੇ ਰਹੋ ਸਾਨੂੰ ਕਿ ਆਹ ਤਕਲੀਫਾਂ ਨੇ, ਅਸੀਂ ਉਹਨਾਂ ਲੋਕਾਂ ਦੀ ਤਕਲੀਫਾਂ ਖਤਮ ਕਰਾਂਗੇ। ਇਹ ਜਿਹੜਾ ਮਿਸ਼ਨ ਹੈ ਚੈਰਿਟੀ ਦਾ, ਇਹ ਮੋਮੈਂਟਰੀ, ਕੋਰੋਨਾ ਦੀ ਵੇਟ ਨਾ ਕਰੋ ਕਿ ਜਦੋਂ ਕੋਰੋਨਾ ਆਊਗਾ ਤਦ ਆਪਾਂ ਮਦਦ ਕਰਾਂਗੇ। ਛੋਟੀ ਵੱਡੀ ਕੋਈ ਵੀ ਮਦਦ ਹੈ ਉਹ ਕਰਦੇ ਰਹੋ ਤੁਹਾਡੀ ਜ਼ਿੰਦਗੀ ਦੇ ਵਿੱਚ। ਮੈਨੂੰ ਲੱਗਦਾ ਜੇ ਤੁਸੀਂ 30 ਦਿਨ ਹੁੰਦੇ ਹੈ, 24 ਘੰਟੇ ਇੱਕ ਦਿਨ ਦੇ ਵਿੱਚ ਹੁੰਦੇ ਹੈ, ਉਹਦੇ 'ਚ 15 ਮਿੰਟ 20 ਮਿੰਟ ਕਿਸੇ ਹੋਰ ਲਈ ਸੋਚੋ ਕਿ ਅਸੀਂ ਅੱਜ ਉਹਦੀ ਮਦਦ ਕਿਵੇਂ ਕਰ ਸਕੀਏ। ਸਾਡਾ ਪਲੈਟਫਾਰਮ ਸੋਨੂ ਸੂ ਚੈਰਿਟੀ ਫਾਊਂਡੇਸ਼ਨ ਹਮੇਸ਼ਾ ਤੁਹਾਡੇ ਲਈ ਖੜਾ ਹੋਇਆ। ਪਲੀਜ਼ ਸਾਡੇ ਨਾਲ ਕਨੈਕਟ ਕਰੋ ਭਾਅ ਜੀ ਦੇ ਥਰੂ, ਔਰ ਜੋ ਤੁਹਾਡੇ ਮਾਇੰਡ 'ਚ ਮਿਸ਼ਨ ਹੈ, ਕੁਛ ਕਰਨਾ ਚਾਹੁੰਦੇ ਹੋ, ਸਾਨੂੰ ਹੁਕਮ ਕਰੋ, ਅਸੀਂ ਖੜੇ ਹੋਵਾਂਗੇ, ਡਟੇ ਹੋਵਾਂਗੇ ਤੁਹਾਡਾ ਰਿਪ੍ਰੈਜੈਂਟੇਟਿਵ ਬਣ ਕੇ। ਸੋਨੂ ਜੀ, ਮੀਡੀਆ ਦੇ ਵਿੱਚ ਰਹਿੰਦੇ ਹਾਂ ਅਸੀਂ, ਜਦੋਂ ਤੁਸੀਂ ਸਿਆਸਤ ਜਾਓਗੇ ਉੱਥੇ ਤਾਂ ਮੈਂ ਖੁੱਲ੍ਹ ਕੇ ਨਹੀਂ ਬੋਲ ਸਕਦਾ ਇੱਥੇ ਚੈਨਲ 'ਤੇ, ਮੇਰੀ ਦਿਲੀ ਖੁਆਇਸ਼ ਜੋ ਹੋਏਗੀ ਉਹ ਅਲੱਗ ਚੀਜ਼ ਹੈ, ਜ਼ਾਤੀ ਤੌਰ 'ਤੇ ਮੈਂ ਬੋਲ ਸਕਦਾ, ਪਰ ਖੁੱਲ੍ਹ ਕੇ ਨਹੀਂ ਬੋਲ ਸਕਦਾ ਕਿ ਸੋਨੂ ਸੂਦ ਜੀ ਇਸ ਪਾਰਟੀ ਦੇ ਮੈਂਬਰ ਨੇ, ਇਸ ਪਾਰਟੀ ਨੂੰ ਸਪੋਰਟ ਕਰੋ। ਹਾਂ, ਸੋਨੂ ਸੂਦ ਜੀ ਲਈ ਸਪੋਰਟ ਮੈਂ ਵਾਅਦਾ ਕਰਦਾ ਹੈ, ਕਿਸੇ ਵੀ ਪਾਰਟੀ ਤੁਸੀਂ ਜੁੜੋਗੇ ਮੈਂ ਸੋਨੂ ਸੂਦ ਜੀ ਲਈ ਸਪੋਰਟ ਜ਼ਰੂਰ ਮੰਗਾਂਗਾ। ਦੂਸਰਾ ਜਿਹੜਾ ਤੁਸੀਂ ਹੁਕਮ ਕਰ ਦਿੱਤਾ, ਮੈਂ ਭਰਾ ਦਾ ਹੁਕਮ ਹੀ ਸਮਝਾਂਗਾ, ਔਰ ਉਹ ਸਾਡਾ ਤੁਹਾਡੇ ਨਾਲ ਵਾਅਦਾ ਹੈ ਕਿ ਜਦੋਂ ਤੁਸੀਂ ਆਵਾਜ਼ ਮਾਰੋਗੇ, ਔਰ ਪ੍ਰੋਗਰਾਮ ਤੋਂ ਬਾਅਦ ਵੀ ਤੁਹਾਡੇ ਨਾਲ ਗੱਲ ਕਰਾਂਗੇ, ਜਦੋਂ ਤੁਸੀਂ ਇੱਥੇ NRIs ਨੂੰ ਆਵਾਜ਼ ਮਾਰੋਗੇ, ਜੋ ਤੁਸੀਂ ਹੁਕਮ ਲਗਾਓਗੇ ਕਿ ਆਹ ਮੇਰੇ ਵੱਲੋਂ ਹੁਕਮ ਹੈ ਸਾਡੇ ਭਰਾਵਾਂ ਨੂੰ, NRIs ਨੂੰ, ਸੋਨੂ ਸੂਦ ਚੈਰਿਟੀ ਫਾਊਂਡੇਸ਼ਨ ਵਾਸਤੇ, ਇਹ ਭਰਾ ਤੁਹਾਡੇ ਇੱਥੇ ਹਮੇਸ਼ਾ ਹਾਜ਼ਰ ਨੇ, ਇਹਦੇ ਨਾਲ ਹੀ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਔਰ ਤੁਹਾਡੇ ਤੋਂ ਬਹੁਤ ਉਮੀਦਾਂ ਨੇ। ਵਿਸ਼ਿੰਗ ਯੂ ਆਲ ਦਾ ਬੈਸਟ ਸਰ। ਥੈਂਕ ਯੂ। ਥੈਂਕ ਯੂ ਭਾਜੀ, ਐਂਡ ਗੋਡ ਬਲੈਸ ਭਾਜੀ। ਥੈਂਕ ਯੂ, ਟੇਕ ਕੇਅਰ। You are watching Channel Y, Channel Y, a South Asian Canadian channel. Hi, this is Priyanka Chopra and you are watching Channel Y. The biggest South Asian media group, Y Media. Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का नंबर वन रेडियो स्टेशन FM 91.9 दोपहर 12 से शाम 6 बजे तक। टेलीविजन, यू आर वॉचिंग चैनल Y, चैनल Y. प्राइम मिनिस्टर वेलकम, इट्स अ प्लेजर टू बी बैक। ऑनलाइन southasiandaily.com, द बिगेस्ट साउथ एशियन मीडिया ग्रुप, Y Media. This part of the program is brought to you by Midweek Newspaper, published every Tuesday.